ਏਡੀ ਤਗੜੀ ਭਾਵਨਾ ਨਾਲ ਕਹਿਣਾ ਵਾਹਿਗੁਰੂ ਮੇਰਾ ਗੁਰੂ ਨਾਨਕ ਤੇ ਗੁਰੂ ਨਾਨਕ ਹੀ ਮੇਰਾ ਵਾਹਿਗੁਰੂ ਏ। ਚਾਰ ਵਾਰੀ ਵਾਹਿਗੁਰੂ, ਇੱਕ ਵਾਰੀ ਧੰਨ ਗੁਰੂ ਨਾਨਕ ਜਪਣਾ ਸ਼ੁਰੂ ਕਰਦੇ ਹੋ। ਪਿਆਰਿਓ, ਬਾਬੇ ਦੇ ਨਾਮ ਵਿੱਚ ਏਡੀ ਤਾਕਤ ਏ, ਇਧਰੋਂ ਤੁਸੀਂ ਬਾਬੇ ਦਾ ਨਾਮ ਲੈਣਾ ਸ਼ੁਰੂ ਕਰੋਗੇ, ਉਧਰੋਂ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਹੋਣਾ ਸ਼ੁਰੂ ਹੋ ਜਾਏਗਾ।